सब्सक्राइब करो पंजाबी रियल टीवी टेलीविजन अप द नप द हेलो पीपल माय नेम इज अनवी सिंह एंड शी इज दिलप्रीत कौर शशिकांत सो गाइस की हाल चाल करते सब ठीक हो सी बहुत थैंक्स फॉर आस्किंग सो टुडे आज एक स्पेशल दिन है क्योंकि बड़े टाइम बाद ट्रेलर आया पाकिस्तान ओके The Donkey King, actually it's a 3D animated movie and काफ़ी टाइम बाद मेरे ख्याल पाकिस्तान में एक एनीमेटेड मूवी देखांगे आप ट्रेलर देखांगे लास्ट टाइम एक मेरे ख्याल कड़ा देखा सी याद नहीं पर जड़ी मूवी आई सा उही देखा सी वो जिस बच्चा होंगे जंगल में फ्रेंड्स होंगे कबूतर जे ठीक है सो अज की वीडियो देखांगे ये साढ़े नाल तुसी देखोगे तो पर चैनल कर दो सबसक्राइब एंड हिट द थम्स अप हाँ जी नाल दूसरे चैनल पर भी जाओ यस जिसे असं तुम ईजी ईजी डिशेज बना के दिखावांगे नॉट खवावांगे क्योंकि असीं वीडियो दे स्क्रीनां दे विचों नहीं खवा सकदे पर हाँ जी जे इदां होवे तां तुसीं सानूं मक्की दी रोटी क्यों मक्की दी रोटी इधर भी है उहदा इन्हां नूं नहीं नहीं मैसेज आंदे हुंदे ना अच्छा कमेंट आंदे हुंदे आ ਨਹੀਂ ਤਾਂ ਉਹ ਵੀ ਖਵਾ ਸਕਦੇ ਸੀ ਜਿੱਦਾਂ ਕੁਛ ਪੋਸੀਬਲ ਹੁੰਦਾ ਅਤੇ ਬਾਕੀ ਤੁਸੀਂ ਸਾਨੂੰ ਪਾਕਿਸਤਾਨ ਦੀ ਕੋਈ ਸਪੈਸ਼ਲ ਡਿਸ਼ ਉਹ ਵੀ ਖਵਾ ਕੇ ਭੇਜ ਸਕਦੇ ਸੀ ਸਾਨੂੰ ਇੱਦਾਂ ਜੇ ਇੱਦਾਂ ਪੋਸੀਬਲ ਖਵਾ ਕੇ ਬਣਾ ਕੇ ਮਤਲਬ ਭੇਜ ਸਕਦੇ ਸੀ ਕੋਰੀਅਰ ਨਹੀਂ ਸਕਰੀਨ ਵਿੱਚੋਂ ਚਲ ਬਣਾ ਕੇ ਦਿਖਾ ਕੇ ਤਰਸਾ ਸਕਦੇ ਹੋ ਤਰਸਾ ਸਕਦੇ ਹੋ ਮਤਲਬ ਸਾਡੀ ਲਾਲਾ ਨਿਕਲ ਗਈਆਂ ਓ ਮਾਈ ਗੋਡ ਮੈਨੂੰ ਵੈਸੇ ਵੀ ਭੁੱਖ ਲੱਗੀ ਹੈ ਕਿੰਨਾ ਟਾਈਮ ਹੋ ਗਿਆ ਵੀਡੀਓ ਸ਼ੂਟ ਕਰਦਿਆਂ ਨੂੰ ਚਲੋ ਪਤਾ ਨਹੀਂ ਕਦੋਂ ਰੋਟੀ ਰੋਟੀ ਮਿਲੂਗੀ ਬਣਾ ਕੇ ਦੇਣਗੇ ਤਾਂ ਹੀ ਹੈ ਇੱਥੇ ਬੈਠੇ ਰਹਿੰਦੇ ਮੇਰੇ ਨਾਲ ਕਿੰਨੇ ਰਹੀ ਗਏ ਮੈਂ ਇਕੱਲਾ ਬਣਾ ਲੈਂਦਾ ਵੀਡੀਓ ਕਹਿੰਦੇ ਨਹੀਂ ਮੈਂ ਨਾਲ ਬਣਾਉਣੀ ਹੈ ਮੈਂ ਕਿਹਾ ਠੀਕ ਹੈ ਫਿਰ ਬੈਠੇ ਭੁੱਖੇ ਸੋ ਯਾਰ ਠੀਕ ਹੈ ਗੱਲਾਂ ਤਾਂ ਆਪਾਂ ਫਿਰ ਵੀ ਕਰ ਲਾਂਗੇ ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਤਾ ਹੋਣਾ ਜਿਨ੍ਹਾਂ ਨੇ ਨਵੇਂ ਆਏ ਉਹ ਵੀ ਕਰ ਦਿਓ ਪਲੀਜ਼ ਅਤੇ ਆਪਾਂ ਟ੍ਰੇਲਰ ਦੇਖਦੇ ਹਾਂ 3D ਐਨੀਮੇਟਡ ਮੂਵੀ ਹੈ ਸੋ ਵਿਦਆਊਟ ਵੇਸਟਿੰਗ ਦਾ ਟਾਈਮ ਹੇਅਰ ਵੀ ਗੋ महाराजा जी आ रहे हमने फैसला किया है कि हम आजाद नगर की बादशाह एक नए राजा को देकर खुद रिटायर हो जाए जी हमें राजा बना दे हम गाते हैं बहुत अच्छा है चल भाई शुरू हो जाए आई विल बिल्ड अ वॉल बेहतर है कि कोई गधा ही राजा बन जाए गधा वो क्या नाम था उस धोबी का माय नेम इज मंगू मंगू जान मंगू द वॉशिंग मशीन मैं चला ओत्री ओ शिट ओ मैडम जी मैं तैयार हूँ सल्तनत का बोझ उठाने के लिए लेकिन वजन 30 किलो से ज्यादा नहीं होना चाहिए सही है डोंकी राजा डोंकी राजा पढ़ने पर गधे को बाप भी बनाना पड़ता है अरे हमने तो सिर्फ किंग ही बनाया है ओ किडनैपिंग की अच्छा राजे दे अटैक तुझे राजा बनाना हमारी बहुत बड़ी भूल थी सही राजा बन के दिखाऊंगा ओ वाओ कैंट भाई ये कोफ्ते तो बड़े ही मजेदार थे वाकई गधे का गोश्त तो कोई गधा ही खा सकता है ओके 13 अक्टूबर 13 अक्टूबर ओके वाओ व्हाट अ यूनिक डेट इस डेट में और भी बहुत कुछ स्पेशल होता है एक्चुअली साड़ी एनिवर्सरी है फर्स्ट एनिवर्सरी आ रही है 13 अक्टूबर नु सो दैट्स व्हाई सो फिल्म की गल करिए फिल्म यार मतलब ट्रेलर देख के ना मेनू लगा नहीं कि पाकिस्तान का ट्रेलर है सीरियसली ऑनेस्टली स्पीकिंग मेनू लगा कि पाकिस्तान का ਮੈਨੂੰ ਹਾਲੀਵੁੱਡ ਤਾਂ ਲੱਗਦਾ ਨਾ ਹਾਂ
ਇਹਨਾਂ ਨੂੰ ਹਾਲੀਵੁੱਡ ਦੀ ਮੂਵੀਜ਼ ਬਹੁਤ ਪਸੰਦ ਹੈ। ਅਨਬਲੀਵੇਬਲ ਯਾਰ, ਮੈਨੂੰ ਬਹੁਤ ਕੈਂਟ ਲੱਗਾ, ਮੈਂ ਤਾਂ ਮੂਵੀ ਵੇਖੂੰਗੀ ਕਿਉਂਕਿ ਫਨੀ ਲੱਗ ਰਹੀ ਹੈ। ਤੁਸੀਂ ਮੈਨੂੰ ਪੁੱਛੀ ਨਹੀਂ ਗੱਲ ਕਿ ਮੈਨੂੰ ਲੱਗਿਆ ਕਿਉਂ ਨਹੀਂ, ਚਲ ਦੱਸੋ ਲੱਗਿਆ ਇਸ ਕਰਕੇ ਨਹੀਂ ਕਿਉਂਕਿ ਇੰਨੀ ਹਾਈ ਕੁਆਲਿਟੀ, ਇੰਨਾ ਜ਼ਬਰਦਸਤ ਐਨੀਮੇਸ਼ਨ, ਇੰਨੀ ਜ਼ਬਰਦਸਤ ਡਬਿੰਗ, ਹੈ ਨਾ, ਇੰਨੀ ਜ਼ਬਰਦਸਤ ਯਾਰ, ਮਤਲਬ ਸਟੋਰੀ ਬੜੀ ਘੈਂਟ ਹੈ। ਸਭ ਤੋਂ ਪਹਿਲਾਂ ਤਾਂ ਪਹਿਲੀ ਵਾਰੀ ਮੈਂ ਯੂਨੀਕ ਸਟੋਰੀ ਦੇਖ ਰਿਹਾ ਇਹਦਾ, ਹਾਂਜੀ, ਵੀ ਇੱਕ ਸ਼ੇਰ ਰਾਜਾ ਹੁੰਦਾ ਅਤੇ ਉਸ ਤੋਂ ਬਾਅਦ ਉਹ ਰਿਟਾਇਰ ਹੋਣਾ ਚਾਹੁੰਦਾ ਅਤੇ ਇੱਕ ਗਧਾ ਰਾਜਾ ਦੀ ਉਪਾਧੀ ਲੈ ਜਾਂਦਾ। ਨਾਮ ਇਹਨਾਂ ਨੇ ਆਡੀਸ਼ਨਸ ਦਾ ਕੀ ਰੱਖਿਆ ਸੀ? ਰਾਜਾ ਆਈਡੀਅਲ। ਵਾਹ, ਸਹੀ ਗੱਲ ਹੈ, ਬਹੁਤ ਵਧੀਆ ਯਾਰ। ਅਤੇ ਇਹਨਾਂ ਨੇ ਜਿਹੜੀ ਚੀਜ਼ਾਂ ਦਿਖਾਈਆਂ ਇਹਨਾਂ ਵਿੱਚ, ਬਾਅਦ ਜਿਹੜੀ ਉਹ ਇੱਕ ਕੀ ਹੁੰਦੀ ਹੈ ਉਹ ਲੂੰਬੜੀ ਜਿਹੜੀ, ਹਾਂਜੀ, ਐਕਚੁਅਲੀ ਕਰੈਕਟਰ ਬੜੇ ਇਹਨਾਂ ਨੇ ਡਿਸਾਈਡ ਕੀਤੇ ਦਾ ਐਨੀਮਲਸ ਤੇ। ਹਾਂਜੀ, ਅੱਛੀ ਲੱਗ ਰਹੀ ਹੈ ਮੂਵੀ, ਮੈਂ ਤਾਂ ਵੇਖਾਂਗੀ। ਮੈਂ ਜ਼ਰੂਰ ਦੇਖੂੰਗਾ ਬਿਲਕੁਲ। ਮਤਲਬ ਕਰੈਕਟਰ ਇਹਨਾਂ ਨੇ ਤਾਂ ਦਿਖਾਏ ਨਾ, ਜਿਵੇਂ ਵੀ ਜਿਵੇਂ ਲੂੰਬੜੀ ਨੂੰ ਉੱਥੇ ਦਿਖਾਇਆ ਵੀ ਇਹ ਉੱਥੇ ਕੁਛ ਹੋਰ ਵੀ ਦਿਖਾ ਸਕਦੇ ਸੀ, ਪਰ ਲੂੰਬੜੀ ਦਿਖਾਇਆ ਕਿਉਂਕਿ ਆਪਾਂ ਲੂੰਬੜੀ ਨੂੰ ਚਲਾਕ ਕਹਿੰਦੇ ਆ। ਚਲਾਕ, ਹਾਂਜੀ, ਵਾਓ, ਲੂੰਬੜੀ ਚਲਾਕ। ਮੰਨ ਕੇ ਤੁਹਾਡਾ ਦਿਮਾਗ ਭਾਈ ਸਾਹਿਬ, ਮੇਕਰਸ ਜਿੰਨੇ ਵੀ ਹੈ, ਗੁੱਡ ਜੋਬ, ਬਹੁਤ ਵਧੀਆ ਕੰਮ ਕੀਤਾ ਤੁਸੀਂ। ਅਤੇ ਗਾਈਸ, ਪਲੀਜ਼ ਇਸ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਪਾਕਿਸਤਾਨ ਦੀ ਇੰਡਸਟਰੀ ਵੀ ਦਿਨੋਂ ਦਿਨ ਗਰੋ ਕਰ ਰਹੀ ਹੈ। ਐਂਡ ਬੜੀ ਵਧੀਆ ਗੱਲ ਹੈ ਕਿ ਉਹਨਾਂ ਨੇ ਇੰਨੀ ਵਧੀਆ ਐਨੀਮੇਸ਼ਨ ਬਣਾਈ ਇਸ ਫਿਲਮ ਦੇ ਵਿੱਚ। ਐਂਡ ਜਿਹੜੀ ਐਕਚੁਅਲੀ ਸਾਰਾ ਕੁਛ ਸਹੀ ਵਧੀਆ ਸੀ, ਜਿਹੜੇ ਡਿਜ਼ਨੀ ਦੇ 12 ਪ੍ਰਿੰਸੀਪਲਸ ਹੁੰਦੇ ਆ ਐਨੀਮੇਸ਼ਨਸ ਨੂੰ ਲੈ ਕੇ, ਉਹ ਇਹਨਾਂ ਨੇ ਬੜੇ ਬਾਖੂਬੀ ਢੰਗ ਨਾਲ ਨਿਭਾਏ ਯਾਰ, ਮਜ਼ਾ ਆ ਗਿਆ ਦੇਖ। ਡੋਂਕੀ ਨੇ ਡਾਂਸ ਬੜਾ ਸੋਹਣਾ ਕੀਤਾ ਔਰ ਸੌਂਗ ਵੀ ਗਾਇਆ। ਸੌਂਗ ਬੜਾ ਮਸਤ ਸੀ ਨਾ ਯਾਰ, ਫਨੀ ਬਣਾਇਆ ਸੀ ਇਹਨਾਂ ਨੇ, ਬਹੁਤ ਜ਼ਿਆਦਾ ਫਨੀ, ਅਮੇਜ਼ਿੰਗ। ਤੂੰ ਡੋਂਕੀ ਡਾਂਸ ਕਰ ਲੈ ਗਦਾ, ਤੇ ਬੜਾ ਫਨੀ ਬਣਾਇਆ ਨਾ ਵੈਸੇ ਡੋਂਕੀ ਇਹਨਾਂ ਨੇ। ਹਾਂਜੀ, ਮਤਲਬ ਕਾਫੀ ਅੱਛਾ ਡਰੈਸਿੰਗ ਸਟਾਈਲ, ਕਾਫੀ ਅੱਛੀ ਕੀਤੀ ਸੀ ਇਹਨਾਂ ਨੇ। ਔਰ ਮਤਲਬ ਇੱਕ ਦੰਦ ਤੇ ਜਾਣ ਕੇ ਬਲੈਕ ਕਲਰ ਦਾ ਕੁਝ ਲਗਾਇਆ ਸੀ ਫਨੀ ਬਣਾਉਣ ਲਈ, ਮੇਮੇ ਵੀ ਕੀੜਾ ਲੱਗਾ ਹੋਵੇ, ਕੀੜਾ ਲੱਗਾ ਸ਼ਾਇਦ, ਮਤਲਬ ਇਹਨਾਂ ਨੇ ਫਨੀ ਬਣਾਉਣ ਲਈ ਉਹ ਚੀਜ਼ ਦਿਖਾਈ ਹੋਵੇ, ਕਿਉਂਕਿ ਉਹਨੂੰ ਜ਼ਿਆਦਾ ਫਨੀ ਬਣਾ ਰੱਖਿਆ ਕਰੈਕਟਰ, ਉਹਦਾ ਫਨੀ ਸੀ ਜ਼ਿਆਦਾ। ਹਾਂ, ਮਤਲਬ ਕਰੈਕਟਰ ਇਹਨਾਂ ਨੇ ਬੜੇ ਸੂਟੇਬਲ ਜਿਹੇ ਚੱਕੇ ਯਾਰ, ਹਰ ਥਾਂ ਤੇ ਮਤਲਬ ਪਰਫੈਕਟ ਕਰੈਕਟਰ ਲਿਆ। ਜਾਨ ਕੀ, ਹਾਂਜੀ, ਮਤਲਬ ਡੋਂਕੀ ਵਿਖਾਇਆ ਵੀ ਉਹ ਵੀ ਪਾਗਲ ਨਹੀਂ ਹੁੰਦਾ ਵੈਸੇ, ਮੇਰੇ ਖਿਆਲ ਇਹਦਾ ਐਂਡ ਇੱਦਾਂ ਹੋਏਗਾ ਕਿ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਤੂੰ ਤਾਂ ਗਧਾ ਹੀ ਆ, ਆਪਾਂ ਕਿਸੇ ਨੂੰ ਟੌਂਟ ਮਾਰਦੇ ਆ ਨਾ, ਤੇ ਬਟ ਇਹਦੇ ਵਿੱਚ ਦਿਖਾਵਾਂਗੇ ਕਿ ਇਹ ਗਧਾ ਸਹੀ ਰਾਜਾ ਬਣ ਕੇ ਦਿਖਾਏਗਾ। ਹਾਂਜੀ, ਹਨਾ, ਸਹੀ ਰਾਜਾ ਬਣ ਕੇ ਦਿਖਾਏਗਾ, ਯੈਸ, ਅਸਲੀ, ਮਤਲਬ ਇਹ ਆਪਦਾ ਨਿਆਏ ਕਰੇਗਾ ਦੀ ਪ੍ਰਜਾ ਨਾਲ, ਤੇ ਜਿਹੜੀ ਉਹ ਚਲਾਕ ਲੂੰਬੜੀ ਹੈ ਜਿਹੜੀ ਐਜ਼ ਏ ਵਜ਼ੀਰ ਦਾ ਕੰਮ ਕਰ ਰਹੀ ਹੈ ਮੇਰੇ ਖਿਆਲ ਇਸ ਫਿਲਮ ਵਿੱਚ, ਤੇ ਉਹਨੂੰ ਸਬਕ ਸਿਖਾਊਗਾ ਇਹ ਪੱਕਾ। ਹਾਂਜੀ, ਮਤਲਬ ਮੁਸ਼ਕਲਾਂ ਨੂੰ ਵੀ, ਮੁਸ਼ਕਲਾਂ ਵੀ ਆਈ ਜਾਂਦੀਆਂ ਵੀ ਫਿਲਮ ਵਿੱਚ ਆ ਰਹੀ, ਮਤਲਬ ਟ੍ਰੇਲਰ ਵਿੱਚ ਵਿਖਾ ਰਿਹਾ, ਯੈਸ। ਜਿਹੜੀ ਇਹਨਾਂ ਨੇ ਡਬਿੰਗ, ਇੱਕ ਡਬਿੰਗ ਦੇ ਤੁਸੀਂ ਨੋਟ ਕੀਤੇ ਵੀ ਡਬਿੰਗ ਦੇ ਵਿੱਚ ਜਿਹੜੇ ਫਨੀ ਪੰਚਸ ਇਹਨਾਂ ਨੇ ਵਿੱਚ ਲਗਾਏ ਆ ਉਹ ਬੜੇ, ਟਾਈਮਿੰਗ ਉਹਨਾਂ ਦੀ ਬੜੀ ਗ੍ਰੇਟ ਸੀਗੀ, ਅਤੇ ਜਿਹੜਾ ਸਟੋਰੀ ਦਾ ਸਕਰੀਨ ਪਲੇ ਚੱਲ ਰਿਹਾ ਐਂਡ ਸਟੋਰੀ ਜਿਸ ਢੰਗ ਨਾਲ ਅੱਗੇ ਵੱਧ ਰਹੀ ਹੈ ਉਹ ਵੇ ਮੈਨੂੰ ਬਹੁਤ ਪਸੰਦ ਆਇਆ, ਕਿਉਂਕਿ ਪਾਕਿਸਤਾਨ ਦੀਆਂ ਫਿਲਮਾਂ ਵਿੱਚ ਮੈਂ ਅੱਜ ਤੱਕ ਐਨੀਮੇਟਡ ਮੂਵੀਜ਼ ਦੇ ਵਿੱਚ ਇੱਦਾਂ ਦੀ ਇੱਦਾਂ ਦਾ ਟ੍ਰੇਲਰ ਕਦੇ ਨਹੀਂ ਦੇਖਿਆ। ਐਂਡ ਇਹ ਤੁਹਾਡੇ ਲਈ ਬਹੁਤ ਹੀ ਇੱਕ ਕਹਿ ਲਓ ਨਾ ਗੋਲਡਨ ਚਾਂਸ ਹੁੰਦਾ ਆਪਣੀ ਇੰਡਸਟਰੀ ਨੂੰ ਅੱਗੇ ਲੈ ਕੇ ਜਾਂਦਾ, ਸੋ ਬੈਸਟ ਆਫ ਲੱਕ, ਅਤੇ ਫਿਲਮ ਜ਼ਰੂਰ ਦੇਖਿਓ ਅਤੇ ਅਸੀਂ ਵੀ ਦੇਖਾਂਗੇ ਅਤੇ ਇਹਨਾਂ ਦਾ ਰਿਵਿਊ ਵੀ ਆਪਾਂ ਵੈਬਸਾਈਟ 'ਤੇ ਜ਼ਰੂਰ ਪਾਵਾਂਗੇ। ਅਤੇ ਬਾਕੀ ਹੋਰ ਕੁਛ ਕਹਿਣਾ ਚਾਹੁੰਦੇ ਤੁਸੀਂ? ਬਾਕੀ ਬਸ ਆਹੀ ਹੈ ਵੀ ਜਿਹਨੇ ਵੀਡੀਓ ਬਣਾਈ ਹੈ, ਫਿਲਮ ਬਣਾਈ ਹੈ, ਹੈ ਨਾ, ਯੈਸ, ਬਹੁਤ ਅੱਛੀ ਬਣਾਈ ਹੈ, ਮਤਲਬ ਸੋਚ ਕੇ ਬਣਾਈ ਹੈ ਸਾਰਾ ਕੁਛ। ਆਈ ਥਿੰਕ ਇਹ ਜੀਓ ਫਿਲਮਸ ਦੇ ਬੈਨਰ ਹੇਠ ਫਿਲਮ ਆਈ ਹੈ। ਐਂਡ ਉਹਨੂੰ ਐਨੀਮਲਸ ਨਾਲ ਪਿਆਰ ਹੁੰਦਾ ਹੋਵੇ, ਜਿਹੜੇ ਕਿ ਵੀ ਡੋਂਕੀ ਗਲਤ ਨਹੀਂ ਹੈ, ਸਹੀ ਹੈ, ਹੋ ਸਕਦਾ ਕੋਈ ਇੱਦਾਂ ਦਾ ਕੁਛ ਉਹਦੇ ਨਾਲ ਘਟਨਾ ਘਟ ਗਈ ਹੋਵੇ, ਸਹੀ ਹੈ। ਬਾਕੀ ਸਭ ਤੋਂ ਮੇਨ ਗੱਲ ਮੈਨੂੰ ਫਿਲਮ ਵਿੱਚ ਸਾਰੀ 'ਚ ਇਹੀ ਲੱਗੀ ਕਿ ਜਿਹੜਾ ਇਹਨਾਂ ਨੇ ਡਰੈਸਅਪ ਲਿਆਉਣਾ ਜਾਨਵਰਾਂ ਦਾ ਸਾਰਿਆਂ ਦਾ ਉਹ ਵੰਡਰਫੁਲ ਸੀ, ਮਤਲਬ ਕਾਫੀ ਅੱਛੀ ਇਹਨਾਂ ਨੇ ਡਿਜ਼ਾਈਨਿੰਗ ਕੀਤੀ ਹੈ, ਜੋ 3D ਮਾਡਲਿੰਗ ਕੀਤੀ ਹੈ। ਮੈਂ ਰਿਟਾਇਰ ਹੋਣਾ ਚਾਹੁੰਦਾ ਸੀ, ਉਹ ਕਹਿੰਦਾ ਲਵਾਏਂਗੇ ਨਾ। ਹਾਂ, ਇਨਵਾਇਰਮੈਂਟ ਵੀ ਵੀਡੀਓ ਆਪਾਂ ਟ੍ਰੇਲਰ ਦਾ ਦੇਖੀਏ ਵੀ ਅੱਗੇ ਪਿੱਛੇ ਜਿਹੜੇ ਪ੍ਰੋਪਸ ਦਿਖਾਏ ਆ ਜਾਂ ਜੋ ਇਨਵਾਇਰਮੈਂਟ ਜਿੰਨਾ ਵੀ ਦਿਖਾਇਆ, ਉਹ ਇੱਕ 3D ਫਿਲਮ ਲਈ ਇੰਨੀ ਮਤਲਬ ਜਿਹੜੇ ਹਾਈ ਰੈਂਡਰਿੰਗ 'ਤੇ ਫਿਲਮ ਕੱਢੀ ਹੈ ਇਹਨਾਂ ਨੇ, ਅਤੇ ਉਹਦੇ 'ਚ ਕਾਫੀ ਪੈਸਾ ਵੀ ਖਰਚ ਹੁੰਦਾ ਹੈ ਨਾ, ਅਤੇ ਕਾਫੀ ਅੱਛੀ ਫਿਲਮ ਬਜਟ ਵਾਲੀ ਲੱਗ ਰਹੀ ਹੈ, ਅਤੇ ਯਾਨੀ ਪਤਾ ਲੱਗਦਾ ਕਿ ਯਾਰ ਇੱਕ ਫਿਲਮ 'ਤੇ ਮਿਹਨਤ ਕੀਤੀ ਗਈ ਹੈ। ਅਤੇ ਗਾਈਜ਼ ਇਹ ਤੁਸੀਂ ਜ਼ਰੂਰ ਦੇਖਿਓ, ਅਸੀਂ ਵੀ ਜ਼ਰੂਰ ਦੇਖਾਂਗੇ, ਸਾਰੇ ਜ਼ਰੂਰ ਦੇਖਿਓ। ਅਤੇ ਮੈਨੂੰ ਪਤਾ ਇੰਡੀਆ ਵਿੱਚ ਫਿਲਮ ਚੱਲੇਗੀ ਜ਼ਰੂਰ, ਉੱਦਾਂ ਚਾਹੇ ਲੱਗੇ ਨਾ ਲੱਗੇ, ਪਰ ਯੂਟਿਊਬ 'ਤੇ ਜੇਕਰ ਪਏਗੀ ਬਾਅਦ ਵਿੱਚ ਤਾਂ ਇਹ ਧਮਾਲ ਮਚਾਉਣ ਵਾਲੀ ਹੈ, ਤੁਸੀਂ ਦੇਖ ਲੈਣਾ। ਬਹੁਤ ਅੱਛੀ ਹੈ, ਮਤਲਬ ਇੱਕ ਯੂਨੀਕ ਹੈ ਨਾਲੇ, ਇੱਦਾਂ ਦੀ ਨਾ ਇੰਡੀਆ ਵਿੱਚ ਬਣੀ ਹੈ। ਹਾਂ, ਇੰਡੀਆ ਵਿੱਚ ਬਣੀਆਂ ਨਹੀਂ, ਬਣੀਆਂ ਇੰਡੀਆ ਵਿੱਚ, ਬਟ ਇੱਦਾਂ ਦੀ ਸਟੋਰੀ ਅਲੱਗ ਸਟਰੋਂਗ ਲੱਗ ਰਹੀ ਹੈ, ਜਿਵੇਂ ਆਪਾਂ ਇੱਕ ਕਹਿੰਦੇ ਨਾ ਬਲੌਕਬਸਟਰ ਮੂਵੀ ਹੋਣ ਵਾਲੀ ਹੈ। ਹਾਂਜੀ, ਹੁਣ ਇੰਡੀਆ ਵਿੱਚ ਵਾਧੂ ਸਾਰੀ ਬਣੀਆਂ ਬਹੁਤ ਜ਼ਿਆਦਾ,
अच्छी अच्छी मूवीज बनी है पर ये वाली यूनिक है, यूनिक है मतलब करैक्टर ही इन्होंने सोच समझ के लाई हुई है। तुहाडी ये फिल्म तुहाडे बॉक्स ऑफिस का रिकॉर्ड तोड़न वाली है, मैं तुहानू लिख के देने तैयार है क्योंकि फिल्म वाकई बहुत वधी है। जेकर तुहाडी ऑडियंस पसंद करती है जैन तुहाडा ट्रेंड अगे होर चलेगा तो चक्की रखो देंगे हम गाइस। सो ठीक है, इस आई दी वीडियो तुम्हें कितना लगा सा रिएक्शन एंड रिव्यू से नीचे कमेंट करके जरूर दसो। तो आई एम सिनमी सिंह स्नैपचैट आई डी कर लो फॉलो, तो पंजाबी रील टीवी इंस्टाग्राम का सोशल हैंडल उन्होंने भी कर लो फॉलो, किसी होर वीडियो से तद तक लिए सू दौ इजाजत सत श्रीकाल। चक्की रखो इदा ही कम ताड़ी बज गई अच्छी गलती कोई गल नहीं चलो।